ਆ ਗਲੂਕੋਜ਼ ਵਾਲਾ, ਗਲੂਕੋਜ਼ ਦੀ ਇਹਨੂੰ ਵੀ ਲੋੜ ਹੈ, ਇੱਕ ਸੂਟ ਲੈ ਦੋ ਮੈਂ ਕੀ ਕਹਿੰਦਾ ਗਿਆ ਦੀ ਗੱਡੀ ਅੰਗੂ ਗੁਰਨਵਾਜ ਨੂੰ ਸਵਾ ਕੇ ਰੋਟੀਆਂ ਲੈ ਕੇ ਉਹ ਭੱਜ। ਅੱਜ ਵਿਆਹ ਵੇਖਿਆ ਭਲਾ ਦਾ, ਜਰਮਨ ਵਾਲੇ ਭਰਾ ਦਾ ਕਿ ਇੰਗਲੈਂਡ ਵਾਲੇ ਦਾ, ਜਰਮਨ ਵਾਲੇ ਭਰਾ ਦਾ ਵਿਆਹ ਵੇਖਿਆ ਤੇ ਸੂਟ ਕਢਾਇਆ ਅੱਜ ਦੋਵਾਂ, ਉਹਨੇ ਕੱਢਿਆ ਕੋਟ ਅੱਜ ਨੂੰ ਮਾਰਾ ਫੂਕ। ਹੈਪੀ ਮੈਰਿਜ ਐਨਿਵਰਸਰੀ, ਹੈਪੀ ਮੈਰਿਜ ਤੇਰ, ਮੈਂ ਬਹੁਤ ਫੇਟਿਆ, ਮੇਰੀ ਵਹੁਟੀ ਬਹੁਤ ਫੇਟਿਆ, ਮੇਰਾ ਮੁੰਡਾ ਫੇਟਿਆ, ਤੂੰ ਹੀ ਲਾਗੇ ਥਈ, ਤੂੰ ਹੀ ਲਾਗੇ ਅੰਤਰਾ ਰਿਸ਼ ਜਿਆ। ਮੰਮੀ ਹੁਣ ਚੱਲੇ ਅੱਜ ਵਿਆਹ, ਅੱਜ ਦਾ ਅਸੀਂ ਵੀ ਜਾਣਾ, ਮੈਂ ਜਿੰਦਰ ਨੇ ਵਿਆਹ ਜਾਣਾ ਸੀ ਪਰ ਮੈਂ ਦੀ ਸੁਖਣਾ ਜ਼ਰੂਰੀ ਕੰਮ ਜਾਣਾ, ਜਿੰਦਰ ਨੇ ਡਿਊਟੀ ਛੁੱਟੀ ਨਹੀਂ ਮਿਲੀ ਤੇ ਡੈਡੀ ਅਤੇ ਮੰਮੀ ਅਤੇ ਗਰਨਵਾਜ ਜਾਣਗੇ, ਆਹ ਸਭ ਤੋਂ ਵੱਧ ਟੌਰ ਵਧੀ ਗਰਨਵਾਜ ਨੇ, ਉਹਨੇ ਪਾਇਆ ਫਰੰਟ ਕੋਟ, ਉਹ ਇਹਦਾ ਸਿਰ ਆਪਣਾ ਹੈਲੋ ਕਰਨ ਲਈ ਇੱਧਰ ਆਇਆ ਸੀ ਸੁਖਣਾ ਚੱਲੀ ਸ਼ਹਿਰ ਜਿੱਧਰ ਨੂੰ ਆਈਏ ਦੀਦੀ ਦੀ ਇੱਕ ਮਿੰਟ ਹੀ ਲੱਗਣਾ, ਮੈਂ ਕਿਹਾ ਜਿੱਥੇ ਜਾਈਏ ਅੱਧਾ ਘੰਟਾ ਤੇ ਬੰਨੇ ਹੀ ਆ ਨਾ, ਅੱਧਾ ਜਾਂ ਘੰਟਾ ਜਾਂ ਹਜੇ ਰਿਪੋਰਟ ਆਉਣ ਚ ਵੀ ਥੋੜਾ ਟਾਈਮ ਲੱਗਣਾ ਤੇ ਫਿਰ ਇੱਥੋਂ ਹੋ ਕੇ ਫਿਰ ਗਾੜੀ ਚੱਲਦੇ। ਅਤੇ ਗੁਰਨਵਾਜ ਨੇ ਪਤਾ ਨਹੀਂ ਮੰਮੀ ਨੂੰ ਥੋੜ੍ਹਾ ਤੰਗ ਨਾ ਕੀਤਾ ਹੋਵੇ ਕਿਉਂਕਿ ਅੱਜ ਗਿਆ ਸੀ ਵਿਆਹ ਅਤੇ ਮੰਮੀ ਚਾਣਾ ਤਾਂ ਲੈ ਕੇ ਜਾਂਦੀ ਸਾਡੇ ਪੁੱਤਰ ਨੇ, ਪਰ ਉੱਥੇ ਜਾ ਕੇ ਬਾਅਦ 'ਚ ਪਤਾ ਨਹੀਂ ਕੀ ਕੁਛ ਕਰੂਗਾ, ਇਹ ਨਹੀਂ ਪਤਾ। ਸੂਟਾਂ ਨਾਲ ਦੇ ਆਹ ਕਲਰ ਕਿੱਡਾ ਪਿਆਰਾ ਲੱਗਦਾ ਨਾ, ਦੇਖ ਕੇ ਉਹਦੇ ਤੇ ਆਹ ਟਿੱਕਾ ਨਹੀਂ ਸਹੀ ਆ ਬੜਾ, ਹੈ ਨਾ ਉਹ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਆ ਚੁੱਕਾ ਘਰ ਤੇ ਘਰ ਜਿੰਦਰਾ ਵੱਜਿਆ ਤੇ ਕੋਈ ਨੀ ਹੈਗਾ, ਅੱਜ ਸਾਰੇ ਜਣੇ ਗਏ ਆ ਵਿਆਹ ਤੇ ਸੁੱਖ ਗਏ ਸ਼ਹਿਰ ਤੇ, ਇੱਧਰ ਬਟਨ ਲਾਉਣ ਡੇ ਵਿੰਦਰ ਦੀ ਕਮੀਜ਼ ਨੂੰ, ਵਧਾਈਆਂ ਹੋਣ ਬਹੁਤ ਬਹੁਤ ਇਹਨਾਂ ਦੀ, ਅੱਜ ਮੈਰਿਜ ਐਨਿਵਰਸਰੀ ਹੈ, ਪਕੌੜੇ ਸ਼ਕੌੜੇ ਖਵਾਉਣੇ ਆ, ਆਹ ਮੁੰਡਾ ਡਾਂਸ ਕਰਦਾ ਇਹਨਾਂ ਦਾ ਤੇ ਇਹਨੇ ਨਵੀਂ ਕਮੀਜ਼ ਪਾ ਲਈ, ਵਿਆਹ ਹੋਇਆ, ਮੈਂ ਹੁਣ ਕੱਲ੍ਹ ਜਾਣਾ ਬਰਾਤੇ ਫਿਰ ਤੇ ਮੈਂ ਅੱਜ ਡਿਊਟੀ ਜ਼ਰੂਰੀ ਨਹੀਂ ਛੁੱਟੀ ਮਿਲੀ ਇਸ ਕਰਕੇ ਮੈਂ ਨਹੀਂ ਜਾ ਪਾਇਆ, ਕੱਲ੍ਹ ਜਾਵਾਂਗੇ। ਇਹ ਮੇਰੇ ਨਾਲ ਲਾਂਡੀ ਆਉਂਦੀ, ਵਧਾਈ ਨਹੀਂ, ਹੁਣ ਮੈਂ ਜਦੋਂ ਵਿਹਲੇ ਹੋਣਾ ਉਦੋਂ ਹੀ ਲਾਉਣਾਗੇ ਸਾਰੀ, ਉੱਥੇ ਡਿਊਟੀ ਵਾਲੇ ਫੋਨ ਨਹੀਂ ਕੱਢਣ ਦਿੰਦੇ ਉੱਥੇ, ਜਿੰਨਾ ਮੈਂ ਉਹਨੂੰ ਬਾਅਦ ਚੇਤਾ ਨਹੀਂ ਆਇਆ, ਮੈਂ ਮਿਲ ਕੇ ਹੀ ਦਊਂਗਾ, ਪੈ ਵੀ ਗਿਆ ਵੇ ਹਾਂ ਉਦੋਂ ਮਾਤਾ ਮੈਂ ਆਏ। ਸਤਿ ਸ਼੍ਰੀ ਅਕਾਲ ਗੁਰਬਨ, ਸਤਿ ਸ਼੍ਰੀ ਅਕਾਲ ਗੁਰਬਨ, ਅੱਜ ਕੁੜੀ ਬਣਿਆ ਸੀ ਗੁਰਬਨ ਨੇ, ਕਿੱਪੋ ਲਾਈ ਕਿੱਪੋ, ਕੁੜੀ ਬਣਿਆ ਗੁਰਬਨ, ਕੁੜੀ ਬਣਿਆ ਨਾ, ਆਹ ਦੋਵੇਂ ਜਾਣਿਆਂ ਨੂੰ ਸਾਰੇ ਜਾਣੇ ਵਧਾਈ ਦਿਓ ਇਹਨਾਂ ਦੀ ਮੈਰਿਜ ਐਨਿਵਰਸਰੀ ਦੀ, ਅਤੇ ਮੈਂ ਹੁਣ ਘਰ ਆ ਗਿਆ ਅਤੇ ਇਹ ਹੁਣ ਬਾਕੀ ਪਰਿਵਾਰ ਨੂੰ ਉਡੀਕਣ ਡਿਆ, ਅੱਜ ਵਿਆਹ ਸੀ ਭਾਬੀ ਦੇ ਪੇਕੇ, ਮੰਮੀ ਡੈਡੀ ਹੁਣੀ ਉੱਧਰ ਗਏ ਸਾਰੇ ਜਾਣੇ, ਅਤੇ ਗੁਰਨਿਵਾਜ ਵੀ ਇਹਨਾਂ ਨਾਲ ਵਿਆਹ ਵੇਖਣ ਗਿਆ ਤੇ ਪੈਂਟ ਕੋਟ ਪਾ ਕੇ ਗਿਆ ਅੱਜ, ਹਾਂ ਚੱਲ ਵੇਖ ਲੈਂਦੇ ਹਾਂ, ਲਾ ਦਿੱਤਾ ਹੋਵੇ, ਚੱਲ ਕੋਈ ਨੀ ਤੁਸੀਂ ਵੀਡੀਓ ਬਣਾਈ ਨੀ ਕਿਸੇ ਨਾ ਕਿਸੇ ਨੇ, ਵੇਖ ਲਾਂਗੇ ਤੇ ਸੁੱਖ ਤੇ ਉਹ ਦਵਾਈ ਲੈਣ ਗਈਆਂ, ਉਹ ਵੀ ਆਉਣ ਡੀਆਂ, ਉਹ ਵੀ ਤੁਰ ਪਈਆਂ, ਹੁਣ ਮੈਰਿਜ ਐਨਿਵਰਸਰੀ ਮਨਾਵਾਂਗੇ ਹਰਾਉਂਦੇ ਤੇ, ਪੰਜਾਬ ਦੇ ਉਹ ਵੀ ਆ ਗਏ ਡੈਡੀ ਦੇ ਮੰਮੀ ਆ ਗਏ ਤੇ ਮਗਰੇ ਹੀ ਸੁੱਖ ਵੀ ਆ ਗਈ, ਮਗਰੇ ਤੁਸੀਂ ਐ ਲੈਣ ਹੀ ਬੱਧੀ ਹੁੰਦੀ ਸਾਰਿਆਂ ਨੇ ਜਿੱਦਾਂ
ਬੜੀਆਂ ਲੈਣਾ ਸਿਰ ਬੱਧੇ ਅੱਜ ਕੀ ਗੱਲ ਆ, ਉਹਨੇ ਕੱਢਿਆ ਕੋਟ ਅੱਜ ਤੁਸੀਂ ਕਿੱਥੇ ਗਏ ਸਾਰੇ ਗਏ ਹੁਣ ਹਾਂ ਆ ਗਏ ਐਕਟੀਵਾ ਤੇ ਪਾਊਡਰ ਹੀ ਪਾਊਡਰ ਆ ਇਹ ਤੁਸੀਂ ਕਹਿੰਦੇ ਮੇਰੇ ਮਫਰਾ ਲੈਂਦੀ ਇੱਕ ਮਫਰਾ ਤੁਹਾਡਾ ਮੈਂ ਉਹ ਦੁਕਾਨ ਤੇ ਛੱਡ ਆਈ ਤੇ ਕੱਲ ਇੱਕ ਪਤਾ ਨਹੀਂ ਕਿੱਥੇ ਫੇਰ ਛੱਡ ਆਈ ਤੇ ਅੱਜ ਤੀਜਾ ਮਫਰਾ ਲੈ ਤੁਹਾਡਾ ਜਿਹੜਾ ਚਿੱਟਾ ਤੇ ਲਾ ਲਈ ਆਪਾਂ ਟ੍ਰਿਲੀਅਮ ਚ ਲਿਆ ਉਹ ਵੀ ਗਵਾਈ ਗੁਰਨਿਵਾਜ ਨੇ ਅੱਜ ਕੋਟ ਪੈਂਟ ਪਾਇਆ ਸੀ ਅੱਜ ਅੱਜ ਪੂਰਾ ਮੱਚ ਰਿਹਾ ਸੀ ਮੱਚ ਰਿਹਾ ਸੀ ਅੱਜ ਪੂਰਾ ਜੀ ਇਹਨੂੰ ਕਹਿ ਰਹਾ ਕੋਟ ਪੈਂਟ ਕਿੱਦਾਂ ਦਾ ਲੱਗਣ ਡਿਆ ਅੱਗੋਂ ਸੋਹਣਾ ਲੱਗਣ ਡਿਆ ਸੋਹਣਾ ਲੱਗਣ ਡਿਆ ਜੀ ਵਾਹ ਗਿਆ ਸੀ ਅੱਜ ਕੋਟ ਪੈਂਟ ਪਾ ਕੇ ਪਹਿਲਾਂ ਵਿਆਹ ਵੇਖਿਆ ਕੋਟ ਪੈਂਟ ਪਾ ਗਿਆ ਅੱਜ ਗੁਰਨਵਾਜ ਵੇਖਾ ਵਿਆਹ ਅੱਜ ਨੀ ਰਲਦਾ ਅੱਜ ਮੇਰੇ ਨਾਲ ਅੱਜ ਕਹਿੰਦਾ ਮੈਂ ਵਿਆਹ ਵੇਖਿਆ ਅੱਜ ਮੈਂ ਨੋਨਾ ਨੋਨਾ ਵਿਆਹ ਵੇਖਿਆ ਇਕੱਲਾ ਇਕੱਲਾ ਹੀ ਇਹ ਆਪਣਾ ਪਹਿਲਾ ਵਿਆਹ ਵੇਖ ਕੇ ਆਇਆ ਹੁਣ ਹੈ ਕੱਲ ਤੇਰੇ ਪਾਪਾ ਜਾਣਗੇ ਅੱਜ ਤੂੰ ਗਿਆ ਤੇ ਜੱਟ ਵੇਖ ਕੇ ਆਊ ਕੱਲ ਵਿਆਹ ਅੱਛਾ ਮਨਦੀਪ ਧਰ ਕੇ ਗਈ ਤੇ ਖੰਡ ਪੱਤੀ ਆਉਂਦੀ ਮੈਂ ਮੋਣੀ ਮੋਣੀ ਆ ਸੁੱਖ ਸਵਾਦ ਚਾਹ ਬਣਾਉਂਦੀ ਤੇ ਸਵਾਦ ਕੋਈ ਨੀ ਬਣਾਉਂਦਾ ਇਹ ਕਰਕੇ ਚਾਹ ਹਮੇਸ਼ਾ ਹੀ ਬਣਾਉਂਦੀ ਸੁੱਖ ਭਾਜੀ ਨੇ ਆਉਣਾ ਕੱਲ ਫਲੈਟ ਹੀ ਉਹਨਾਂ ਦੀ ਕੈਂਸਲ ਹੋ ਗਈ ਉਹ 7 ਦਿਨ ਬਾਅਦ ਹੋ ਗਈ ਹੁਣ 5 ਦਿਨ ਬਾਅਦ ਖਰੇ ਸੱਚ 5 ਦਿਨ ਬਾਅਦ ਅਸੀਂ ਆਇਆ ਚੰਗੇ ਦੇ ਫੰਕਸ਼ਨ ਅਸੀਂ ਲੇਟ ਰੱਖਿਆ ਹੀ ਨਹੀਂ ਤੇ ਗੁਰਨਿਵਾਜ ਦੇ ਫੰਕਸ਼ਨ ਤੇ ਵੀ ਨੀ ਪਹੁੰਚਿਆ ਜਾਣਾ ਭਾਜੀ ਕੋਲ ਸੁੱਖ ਨੇ ਮਹਿੰਦੀ ਮੁੰਦੀ ਲਵਾਈ ਰਹਿ ਗਈ ਵਿਚਾਰੀ ਦੀ ਅਸੀਂ ਗੱਡੀ ਧਵਾਈ ਲਿਸ਼ਕਾਈ ਉਹਨੇ ਜਦੋਂ ਫਿਰ ਘੱਟੋ ਘੱਟੀ ਹੋ ਜਾਏ ਭਾਵੇਂ ਦੁਬਾਰੇ ਖਰੀਦਣਾ ਬੜੀ ਮਾੜੀ ਹੋਈ ਸੁੱਖ ਤੁਹਾਡਾ ਵੈਸੇ ਕੰਮ ਖਰਾਬ ਹੋਇਆ ਓਦਾਂ ਵੈਸੇ ਸ਼ੋਪਿੰਗਾਂ ਸ਼ੂਪਿੰਗ ਕਰਨੀਆਂ ਕਿੰਨਾ ਘੁੰਮਣਾ ਫਿਰਨਾ ਪਹਿਲੋਂ ਮੈਂ ਟਿਕਟ ਦਿਨ ਵੀ ਤੇ ਹਿਸਾਬ ਨਾਲ ਖਰਾਬ ਹੀ ਹੋਏ ਆ ਤੇ ਉਹਦਾ ਧਿਆਨ ਕੈਮਰਿਆਂ ਨੇ ਨਾ ਦਾਦੂ ਨਾਲ ਹੀ ਆ ਉਹ ਖੜਾ ਕਰ ਦਾਦੂ ਨਾਲ ਵਾਂਡਾ ਵੇਖਿਆ ਗੁਰਨਿਵਾਜ ਨੇ ਤਰਦਾ ਕੁਛ ਲੋ ਅੱਜ ਅੱਜ ਵਿਆਹ ਵੇਖਿਆ ਦਾਦੂ ਨਾਲ ਗੁਰਨਿਵਾਜ ਨੇ ਨਾ ਲਿਆ ਤੇ ਕਿੱਡਾ ਇਹਨੂੰ ਭੱਜ ਕੇ ਵੇਖਣਾ ਹੈ ਅੱਜ ਵਿਆਹ ਵੇਖਿਆ ਭਲਾ ਦਾ ਜਰਮਨ ਵਾਲੇ ਭਰਾ ਦਾ ਕਿ ਇੰਗਲੈਂਡ ਵਾਲੇ ਦਾ ਜਰਮਨ ਵਾਲੇ ਭਰਾ ਦਾ ਵਿਆਹ ਵੇਖਿਆ ਤੇ ਸੂਟ ਕਢਾਇਆ ਯਾਰ ਜਿੱਦਾਂ ਮੈਂ ਕੁਛ ਨਹੀਂ ਝੂਠ ਨਹੀਂ ਮਾਰਦਾ ਨਹੀਂ ਕਹਿੰਦਾ ਮਰਚਲੀ ਕਰ ਦੋ ਮੈਂ ਮਾਂ ਬੱਜੀ ਤੂੰ ਕਿਹੜਾ ਮੈਨੂੰ ਪਤਾ ਲਿਆ ਤੇ ਮੈਨੂੰ ਪਤਾ ਮਰ ਲੱਗੀ ਮੈਂ ਬਚਾ ਲੂੰਗਾ ਕਮਲ ਹੱਸ ਹੱਸ ਕੇ ਲੇਟੀ ਜਾਂ ਦੀ ਤੂੰ ਕੱਲ ਆਈ ਆ ਇਹਦਾ ਇੰਨਾ ਮੰਦਾ ਹੋਲੀ ਵੀ ਰਾਤੀ ਕਮਲ ਨੂੰ ਚੌਲ ਬਣਾ ਕੇ ਦੇ ਗਏ ਹਾਂ ਤੇ ਅਨਾ ਦਾ ਨਾਲ ਸੇਮ ਸੂਟ ਪਾਇਆ ਤੇ ਅੱਜ ਦਾ ਵੀਰ ਨੇ ਐਨ ਕਾਉਂਟ ਕਰ ਲਾਂਗੇ ਢਿੱਡ ਵੀਰ ਖਿੱਚ ਕੇ ਰੱਖ ਥੋੜਾ ਜਿਹਾ ਬੜਾ ਬੜਾ ਹੈ ਆ ਪਰਸ ਵੀ ਸਾਡੇ ਸੇਮ ਆ ਦੱਸਦਾ ਕਰੋ ਨਾ ਜਿੱਥੇ ਕਮੀ ਪਈ ਰਹਿ ਪਰਸ ਵੀ ਸੇਮ ਪਰਸ ਵੀ ਕਿਆ ਬਣਾ ਲਾ ਮੈਂ ਬਣਾ ਲਈ ਜੇ ਬਣਾ ਲਈ ਲਾ ਲਾ ਐਨ ਕਿਤੇ ਠੇਡਾ ਦਾ ਲਵਾ ਲਈ ਸਾਰੇ ਨਾਲ ਸਵਾਰਿਆ ਆ ਇਹ ਪਰਸ ਦੇਖ ਪਿਆ ਆ ਕਹਿੰਦਾ ਵੀ ਆ ਮੰਮੀ ਹੱਥ ਮਿਲ ਲੈ ਮੰਮੀ ਤਾਂ ਤੁਹਾਡੇ ਨਾਲੋਂ ਆਏ ਵਿਆਹ ਤੋਂ ਸੋਹਣਾ ਬਣਿਆ ਸੂਟ ਦੋਵੇਂ ਰੰਗ ਵੀ ਹਾਂ ਤੇ ਇਹ ਹੁਣ ਸਾਰੇ ਆ ਚੁੱਕੇ ਨੇ ਅਵਿੰਦਰ ਜੀ ਦੇ ਕਵਲ ਦੀ ਮੈਰਿਜ ਐਨਵਰਸਰੀ ਸੈਲੀਬ੍ਰੇਟ ਕਰਨ ਤੇ ਹੁਣ ਅਸੀਂ ਸਮੋਸੇ ਸਮਾਸੇ ਕੋਲਡ ਡਰਿੰਕਾਂ ਸ਼ੋਲਡ ਡਰਿੰਕਾਂ ਪੀਵਾਂਗੇ ਤੇ ਫਿਰ ਅਸੀਂ
ਲਓ ਜੀ ਨਵੈਲ ਸਰੀ ਦਾ ਕੇਕ ਆ ਚੁੱਕਾ ਨੇ ਬਹੁਤ ਸੋਹਣੇ ਨਾਂ ਲਿਖੇ ਹੋਏ ਨੇ ਤੇ ਇੱਧਰ ਭੁੱਖ ਨਹੀਂ ਲੱਗੀ ਹੋਈ ਸਮੋਸਿਆਂ ਦੀ ਆਹ ਤਾਂ ਵਿਆਹ ਵੇਖ ਕੇ ਇਹਨਾਂ ਨੂੰ ਲੋੜ ਨਹੀਂ ਹੈ ਆਹ ਮਾਸੀ ਪ੍ਰੋਗਰਾਮ ਵੇਖ ਕੇ ਇਹਨਾਂ ਨੂੰ ਨਹੀਂ ਲੋੜ ਬੀਬੀ ਹੋਣੀ ਦਿਆਂ ਤਿਆਰ ਹੋਏ ਜਿੱਦਾਂ ਵਾਂਢੇ ਆਏ ਹੁੰਦੇ ਦੋਵੇਂ ਜਣੀਆਂ ਨੌ ਸੱਸ ਅਤੇ ਆਹ ਵੀ ਸ਼ਹਿਰੋਂ ਆਈਆਂ ਖਾ ਪੀ ਕੇ ਅਨਦ ਨੇ ਅੱਜ ਬਹੁਤ ਲੇੜੀ ਆ ਆਹ ਵੀ ਲੇੜੇ ਇਹਨਾਂ ਵੀ ਨਹੀਂ ਕੁਛ ਖਾਣਾ ਮੰਮੀ ਨੇ ਵੀ ਨਹੀਂ ਖਾਣਾ ਆਹਦੇ ਮੈਂ ਕੱਖ ਨਹੀਂ ਖਾਧਾ ਕੁਛ ਨਹੀਂ ਖਾਧਾ ਕੁਛ ਨਹੀਂ ਖਾਧਾ ਇਹਨੂੰ ਨਾ ਮੈਂ ਮਗਰ ਜਾ ਕੇ ਮੈਂ ਮਾਰੀ ਆਵਾਜ਼ ਇਹਨੂੰ ਮੈਂ ਕਿਹਾ ਗੁਰੂ ਮੈਂ ਕਿਹਾ ਤੀਂਡੀ ਲੈ ਵੀ ਗੁਰੂਆ ਮੰਮੀ ਨੂੰ ਪੁੱਛ ਇਹ ਤਾਂ ਘੁੰਮ ਕਦੀ ਇੱਧਰ ਕਦੀ ਇੱਧਰ ਵਿਚਾਰੇ ਕੋਲ ਮੁੜਿਆ ਜਾਵੇ ਨਾ ਧੌਣ ਮੇਰੇ ਨੂੰ ਮੁੜ ਜੀ ਮਹਾਂ ਲੱਭਾ ਇਹਨੇ ਮੈਨੂੰ ਫਿਰ ਬੜਾ ਖੁਸ਼ ਤਾੜੀਆਂ ਮਾਰੀਆਂ ਪਾਪਾ ਦਾ ਵਿਆਹ ਵੇਖਿਆ ਖੁਸ਼ ਹੋਈ ਹੈਪੀ ਮੈਰਿਜ ਯੂਨੀਵਰਸਰੀ ਮੁਬਾਰਕਾਂ ਜੀ ਤੁਹਾਨੂੰ ਅਨੰਦ ਖਵਾਏ ਅਗਲੇ ਆਪ ਖਾਣੇ ਪਹਿਲਾਂ ਤੂੰ ਐਵੇਂ ਅਨੰਦ ਦੇ ਵਿੱਚ ਉਹ ਕੀ ਕਹਿੰਦੇ ਰੰਗ ਚ ਭੰਗ ਪਾਉਣ ਨੂੰ ਮਾਸੀ ਮਾਸੀ ਦੀ ਅਲਵਾਰੀ ਨਹੀਂ ਨਾ ਘਰ ਬਹਿਣ ਦੀ ਮਾਸੀ ਬਾਹਰ ਰਸ਼ਾ ਮਾਰੋ ਸਗੇ ਹੈ ਬੈਠ ਨਾ ਬਾਹਰ ਲੈ ਲਾ ਕੇ ਨਹੀਂ ਆਪਾਂ ਟਿਕ ਬੈ ਜਾ ਇੱਧਰ ਕਰ ਦੇਣਾ ਆਪਾਂ ਆ ਉਹ ਗੁਰਵਾਈ ਆ ਵੇ ਫੋਟੋ ਵੇਖਣੀ ਉਹ ਡਿਆ ਗਿਆ ਉਧਰ ਲੀਡ ਨੂੰ ਚੱਲ ਗੁਰਵਾਈ ਦੀ ਨਹੀਂ ਉਹ ਇਹ ਛੋਟਾ ਹੀ ਛੋਟਾ ਰਹਿਣ ਦੇ ਮੇਰਾ ਨਾ ਅੱਜ ਸਮੋਸੇ ਖਾਣ ਦੀ ਗੱਲ ਹੈ ਟੱਚ ਮੈਂ ਗਿਆ ਮਨਦੀਪ ਆਪਣੇ ਪਰੌਣੇ ਨੂੰ ਪਾ ਕੇ ਦੇ ਪਹਿਲੋਂ ਭੁੱਖ ਦੇ ਉਹਨੂੰ ਲੱਗੀ ਇਹ ਸਾਰੇ ਰੱਜ ਕੇ ਆਏ ਆ ਮੈਨੂੰ ਦੋ ਪਾਈ ਆਪਣੇ ਘਰ ਦਾ ਹਿਸਾਬ ਦਾ ਵੇਖ ਕੇ ਦੋ ਪਾਈ ਤੈਨੂੰ ਗੁੱਸਾ ਤੇਰੇ ਘਰ ਵਾਲੇ ਦਾ ਛੋੜ ਲਾ ਕੇ ਕਲਰ ਚੇਂਜ ਕਰ ਸਕਦੇ ਮੈਂ ਤੇਰੇ ਲਈ ਕੱਖ ਨਹੀਂ ਲਾ ਕੇ ਤੂੰ ਮੇਰੀ ਨਾ ਕੁਛ ਲੈ ਕੇ ਆਵੇਂ ਪਤਾ ਲੱਗ ਮੈਂ ਤੈਨੂੰ ਬੜਾ ਘੱਟ ਦੇਖਿਆ ਪਰਸਾਂ ਮੈਂ ਹੋਰ ਕੋਈ ਕਹੇਗੀ ਤੇ ਫਿਰ ਮੈਂ ਚੇਂਜ ਕਰਾ ਕੇ ਲਿਆਉਂਗੀ ਨਹੀਂ ਬਹੁਤ ਸੋਹਣਾ ਦੀਦੀ ਥੈਂਕ ਯੂ ਬਹੁਤ ਸੋਹਣਾ ਕਲਰ ਵੀ ਬੜਾ ਸੋਹਣਾ ਮੈਂ ਵੀ ਤੈਨੂੰ ਘੱਟ ਫੜਦੀ ਹੂੰ ਘੱਟ ਵੇਖਿਆ ਨਾ ਤੇ ਆਹ ਸ਼ਰਟ ਦਾ ਕਲਰ ਚੇਂਜ ਕਰਾਉਣਾ ਤੁਸੀਂ ਕਰਾ ਸਕਦੇ ਜੀ ਠੀਕ ਹੈ ਮੇਰੇ ਘਰ ਵਾਲੇ ਬੜੇ ਕੱਪੜੇ ਹੋਈ ਜਾਂਦੇ ਚੱਲ ਠੀਕ ਹੈ ਕਮਲ ਬਾਏ ਫਿਰ ਮਹਾਰਾਜ ਤੁਹਾਡਾ ਏਦਾਂ ਹੀ ਪਿਆਰ ਬਣਾਈ ਰੱਖੇ ਚੱਲ ਆ ਜਾਓ ਆਹ ਭੈਣ ਦਾ ਮੈਂ ਕੱਲ੍ਹ ਪਤਾ ਲੈਣ ਗਈ ਤੇ ਮੈਂ ਘਰ ਵਾਲੀ ਬੜੀ ਸੀਰੀਅਸ ਹੋਈ ਵੀ ਵਿਚਾਰੀ ਹੈ ਕਿੰਨੀ ਠੀਕ ਨੀ ਤੇ ਅੱਜ ਇਹਦੀ ਟੋਹਰ ਵੇਖ ਕੇ ਤੁਸੀਂ ਦੱਸ ਸਕਦੇ ਅੰਦਾਜ਼ਾ ਲਾ ਸਕਦੇ ਵੀ ਬਿਮਾਰ ਹੀ ਹੈ ਦੀਦੀ ਹੈਨ ਮੋ ਘਰ ਗੱਲ ਮੈਨੂੰ ਲੱਗਦਾ ਵੀ ਬਚਨ ਦੇ ਚੜ ਸਾ ਕੇ ਕਿੰਨੇ ਇੱਕ ਤਰੀਕਾ ਹੈ ਜਦੋਂ ਬਿਮਾਰ ਹੁੰਦੀ ਨਾ ਇਹਦੀ ਟੋਹਰ ਕਢਾ ਲਿਆ ਕਰੋ ਫੇਰ ਹੋ ਜਾਣਾ ਯਾਰ ਉਹਨੇ ਵੀਰ ਤੈਨੂੰ ਇਹਦੀ ਦਵਾਈ ਲਿਆਉਣ ਦੀ ਲੋੜ ਨਹੀਂ ਹੈ ਉਹ ਇੱਕ ਸੂਟ ਨਵਾਂ ਸਵਾ ਕੇ ਲੋਕ ਸੂਟ ਲਿਆ ਕੇ ਅੰਦਰ ਲਿਆ ਕੇ ਦੇ ਦਿਆ ਕਰ ਦਵਾਈ ਆਉਂਦੀ 50-60 ਰੁਪਏ ਦੀ ਇਹ ਕੁੜੀ 5000 ਤੋਂ ਘੱਟ ਨਹੀਂ ਹੁੰਦੀ
ਮਾਸੀ ਚਲੀ ਪੇਕੇ, ਚੱਲ ਆਇਆ ਮੰਮੀ ਤੂੰ ਤੂੰ ਹੀ ਜਾਣਾ ਪੇਕੇ, ਆਪ ਚਲੀ ਲੱਗੇ ਪੈਂਦੀ। ਚਲੋ ਜੀ ਆਪਾਂ ਚੱਲੇ ਹੁਣ ਕਰੋ ਕਰੀ ਦੇ, ਆਹ ਚੱਲਿਆ ਸੀ ਨਾ ਪਿਓ ਦੇ ਨਾਨਕੇ, ਅਨਾਦ ਨੂੰ ਵੇਖ ਕੇ ਤਾਂ ਮੈਂ ਨਹੀਂ ਜਾਣਾ ਹੁਣ ਖੇਡੇ ਲੱਗਾ ਸੀ। ਚਾਚਾ ਇਹਨੂੰ ਰਹਿਣ ਦੇ, ਨਹੀਂ ਜਾਣਾ ਗੁਰੂ ਅਹਿਮਦ ਨੇ ਚੱਲੇ ਦੀਦੀ ਹੁਣੇ ਕਹਿ, ਤੂੰ ਬਸ ਸੌਣਾ ਸੀ ਦੂਹਣ ਕਿੱਦਾਂ ਰੱਖਣਾ ਬਸ ਜਾ ਦੀਦੀ ਚੱਲ ਚੱਲੀ ਹੁਣੇ ਪੁੱਤ। ਇਹ ਭਰਾਵਾ ਮੈਂ ਤੈਨੂੰ ਅੱਗੇ ਦੱਸ, ਇਹ ਵੀਰ ਸਾੜਾ ਨੀ, ਇਹ ਫੱਬ ਹੀ ਜਾਂਦੇ ਆ ਪੈਂਟ ਆ ਬੂਟ ਮੇਰੇ ਪੁਰਾਣੇ, ਪੈਂਟ ਮੇਰੀ ਪੁਰਾਣੀ, ਸ਼ਰਟ ਪੁਰਾਣੀ, ਕੋਟ ਮੇਰਾ ਕੱਪੜੇ ਮੁੰਡਾ ਵਿੱਚ ਪੁਰਾਣਾ ਤਾਂ ਦਾੜੀ ਚਿੱਟੀ ਹੋ ਗਈ, ਕੱਪੜੇ ਫੱਬ ਜਾਂਦੇ ਨੇ ਛੇਤੀ। ਮੰਮੀ ਨੇ ਕਹਿੰਦਾ ਮੈਂ ਤਾਂ ਹੀ ਰੱਜ ਮਿਆ, ਮੈਂ ਤਾਂ ਸੋਨੇ ਵਰਗਾ ਹੀ ਨਿਰਗਲ ਨਹੀਂ। ਚਲੋ ਫਿਰ ਸੋਨੇ ਵਰਗਾ ਆਵੇ ਮੇਰਾ ਹੀਰਾ, ਆ ਸ਼ੇਰ ਹੀ ਮੇਰਾ ਸ਼ੇਰ। ਓਏ ਸਗੋਂ ਮੂੰਹ ਨਹੀਂ ਜਾਗਦਾ, ਆਏ ਦਾਗ ਲਾ ਗਿਆ ਕਿ ਸੂੜੀ ਟੱਸਣ ਆ ਕੀ ਤਾਈ ਬਸ ਦੋ ਬੜੇ ਮੰਮੀ ਨੇ ਅੱਛਾ ਪੈਸੇ ਪਾਏ ਜੇ ਵਿੱਚ ਲਓ ਕੱਢ ਪਾਏ 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 ਦਾ ਗਿਫਟ ਦੇਣ ਵਾਸਤੇ ਸਰਜੀ ਸਰਜੀ ਕਰਾਉਣ ਲਈ ਪਾਏ ਅੱਛਾ ਏਦਾਂ ਕਰਦੇ ਹੁੰਦੇ ਉਹ ਵਿਚਾਰੇ ਕੀ ਕਰਦੇ ਏਦਾਂ ਹੀ ਉਹਨਾਂ ਉਹਨਾਂ ਦੀ ਜੁੜੀ ਨਾਲੇ ਆਸ ਹੈ ਉਹਨਾਂ ਦਾ ਸੁੱਖ ਦੀ ਅੱਜ ਮਾੜੀ ਹੋਈ ਸੁੱਖ ਨਾ ਮਾੜੀ ਹੋਈ ਸੋਦਾ ਪ੍ਰੋਬਲਮ ਨਹੀਂ ਆ ਵਿਚਾਰੀ ਦਾ ਆਂਦੀ ਭੌਂਕੀ ਆਂਦੀ ਭੌਂਕੀ ਗਾ ਹੁਣ ਤੇ ਤੂੰ ਕਹਿਣਾ ਹੀ ਆ ਹੁਣ ਤੇ ਤੂੰ ਕਹਿਣਾ ਦਿਲ ਨੂੰ ਤਸੱਲੀ ਦਿਲ ਨੂੰ ਤਸੱਲੀ ਸਾਨੂੰ ਗਾਲਾਂ ਕੱਢ ਕੇ ਦੇਣੀਆਂ ਕੋਈ ਗੱਲ ਨਹੀਂ ਗਾਲਾਂ ਕੱਢ ਕੇ ਦੇਣੀਆਂ ਸਾਨੂੰ ਕਾਹਦੀ ਕੀ ਸਾਜੀ ਤੇਰਾ ਜ਼ੋਰ ਹੋਰ ਕੀ ਚੱਲਣਾ ਭਰਾ ਤੇ ਹੈਗੇ ਫਿਰ ਕੀ ਭਰਾ ਨੇ ਥੋੜੀ ਜਿੱਥੇ ਘਰ ਵਾਲੇ ਨੇ ਖਲੋਣਾ ਘਰ ਵਾਲੇ ਨੇ ਖਲੋਣਾ ਹਾਂ ਹਰ ਇੱਕ ਬੰਦੇ ਦੀ ਹਰ ਥਾਂ ਥਾਂ ਲੋੜ ਆ ਹਾਂ ਪੁੱਤਾ ਜਾ ਖਰਾਬ ਹੋ ਗਿਆ ਖਰੇ ਆਖਣ ਡਿਆ ਹੁਣ ਫਿਰ ਲੇਟ ਹੋ ਗਿਆ ਦੋ ਦਿਨ ਆਹਨਾਂ ਤਾਂ ਫੀਨੀ ਹੀ ਲੱਗਣ ਡਈ ਮੈਨੂੰ ਅੱਜ ਆਹਨਾਂ ਤਾਂ ਫੀਨੀ ਆ ਤੇ ਗੁੜਤੀ ਦਿੱਤੀ ਤੇ ਕੀ ਹੋ ਜਾਂਦਾ ਗੁੜਤੀ ਦੇਣ ਨਾਲ ਜਿਹਦੇ ਜਿਹਨੇ ਗੁੜਤੀ ਦੇ ਉਹਦੇ ਅਰਕਾ ਹੋ ਜੇ ਬੰਦਾ ਤੇ ਤੂੰ ਇਹਦਾ ਮਤਲਬ ਚਾਚੂ ਫੀਨਾ ਆ ਮੈਂ ਸੋਚਿਆ ਚੱਲ ਤੇਰਾ ਨੱਕ ਨੱਕ ਤਿੱਖਾ ਹੋ ਜੂਗਾ ਤੇਰਾ ਹੋਇਆ ਨੀ ਤੂੰ ਫੀਨੀ ਦੀ ਫੀਨੀ ਰਹਿ ਗਈ ਥੋੜੀ ਹੈ ਮੇਰੇ ਨਾਲ ਤੇ ਸਾਰੇ ਮੈਂ ਦਸ ਹਰੀ ਚਾਹ ਪੀਂਦਾ ਦਿਹਾੜੀ ਦੇ ਹਿਸਾਬ ਨਾਲ ਮੈਂ ਹੁਣ ਬਹੁਤ ਘੱਟ ਕਰਨੀ ਚਾਹ ਬਹੁਤ ਘੱਟ ਕਰਨੀ ਹੁਣ ਡਾਇਟ ਤੇ ਰਿਹਾ ਕਰਨਾ ਹੁਣ ਮੈਂ ਸੁਣਿਆ ਆਂਦੇ ਇੱਕ ਦਿਨ ਪੂਰਾ ਦਿਨ ਨਾ ਨਾ ਖਾਣਾ ਖਾਈਏ ਤੇ ਬੋਡੀ ਬਹੁਤ ਵਧੀਆ ਰਹਿੰਦੀ ਹੈ ਮੈਂ ਵਰਤ ਰੱਖਣਾ ਕਿਸੇ ਦਿਨ ਮੈਂ ਰੱਖ ਤੇ ਲੈਣਾ ਹੀ ਵਰਤ ਤੇ ਪਰ ਮੇਰੀ ਵਹੁਟੀ ਨੇ ਜ਼ਬਰਦਸਤੀ ਖਵਾਈ ਜਾਣਾ ਤੂੰ ਕਿਹੜੀ ਲਈ ਰੱਖਿਆ ਤੂੰ ਕਿਹਦੇ ਲਈ ਰੱਖਿਆ ਮੂਲੀਆਂ ਦੀਆਂ ਖਾ ਲਾਂਗੇ ਚੱਲ ਕੋਈ ਨੀ ਪਰਸੋਂ ਰੱਖ ਲੈ ਵਰਤ ਵਰਤ ਡਿਲੇ ਕਰ ਦਾਂਗੇ ਹੋ ਗਈ ਤਿਆਰੀ ਜਿਹਦੀ ਨਹੀਂ ਪਛਾਣਦੀ ਉਹਨੂੰ ਬੁਲਾ ਦੀ ਮੈਨੂੰ
ਨੇ ਤੇਰਾ ਪਾਪਾ ਮਰ ਲਿਆ ਈ ਆਹ ਨਾ ਗੁਰਨਵਾਜ ਨੇ ਪਾਪਾ ਮਰ ਲਿਆ ਈ ਚਲੋ ਜੀ ਗਾਇਸ ਦੇ ਜਾ ਰਹੇ ਨੇ ਜਾ ਰਹੇ ਘਰ ਨੂੰ ਹਾਂਜੀ ਭਾਜੀ ਕਾਲਾ ਕੋਟ ਐਵੇਂ ਨਹੀਂ ਪਾਇਆ ਕਾਲਾ ਨਹੀਂ ਬਲੂ ਪਾਇਆ ਲੱਗੇ ਤੇ ਕਾਲਾ ਹੀ ਰਿਹਾ ਹੋਣਾ ਵੀਡੀਓ 'ਚ ਮੈਂ ਰੰਗ ਕਰਕੇ ਜਾ ਆਉਂਦਾ ਨਾ ਬਲੂ ਕਾਲਾ ਕੋਟ ਐਵੇਂ ਨਹੀਂ ਪਾਇਆ ਆਉਂਦਾ ਅੱਜ ਵਿਆਹ ਵੇਖਿਆ ਨਜ਼ਰ ਲਾ ਦੇ ਨਹੀਂ ਮੈਨੂੰ ਵੀ ਵਿਆਹ ਵੇਖਿਆ ਤਾਂ ਪਾਇਆ ਏ ਚਲੋ ਜੀ ਗੱਡੀ ਤੁਹਾਡੀ ਤਿਆਰ ਖੜੀ ਹੈ ਬਹੁਤ ਵਿੱਚ ਤੇ ਪਿਛਾ ਭੋਗੇ ਨਾ ਵੇਖੋ ਰਾਤ ਜਾਗੋ ਵੀ ਅੱਜ ਗੁਲੂਕੋਜ਼ ਵਾਲਾ ਗੁਲੂਕੋਜ਼ ਦੀ ਇਹਨੂੰ ਵੀ ਲੋੜ ਹੈ ਇੱਕ ਸੂਟ ਲੈ ਦੋ ਗੱਡੀ ਬੀਬੀ ਚੱਲੇ ਪਿੰਡ ਤੇ ਸਾਡੇ ਅੱਗੇ ਅੱਗੇ ਤਿੰਨ ਜਾਣੀਆਂ ਹੋਰ ਜਾਣਦੀਆਂ ਹਾਏ ਬਾਏ ਬਾਏ ਵਧੀਆ ਜੀ ਇਹਨਾਂ ਨੇ ਅਸੀਂ ਬੇਇੱਜ਼ਤੀ ਕਰਤੀ ਅਸੀਂ ਪਹਿਲਾਂ ਚੱਲ ਗਏ ਤੇ ਇਹ ਰਹਿ ਗਏ ਪਿੱਛੇ ਬਾਏ ਬਾਏ ਮੈਂ ਤੇ ਸੁੱਖ ਹੋਏ ਪਿੰਡੋ ਗੁਰਦੁਆਰਾ ਸਾਹਿਬ ਮੱਥਾ ਟੇਕ ਆਏ ਤੇ ਸੁੱਖ ਦੇ ਹੁਣ ਮੰਮੀ ਨੂੰ ਛੱਡ ਆਇਆ ਪਿੰਡ ਉਹਨਾਂ ਸੂਟ ਸੀ ਨੇ ਦਿਨੇ ਇਹਨੂੰ ਇਹ ਡੇ ਆਪਣੇ ਸੂਟਾਂ ਦੀ ਪੈਕਿੰਗ ਪੁਕਿੰਗ ਕਰਨ ਨਾਲ ਆਪਣੀ ਮੰਮੀ ਨੂੰ ਫੋਨ ਕਰਨ ਲਈ ਵਿੱਚ ਆ ਗਿਆ ਨਾ ਕਿਤੇ ਅਤੇ ਗੁਰਨਿਵਾਜ ਆਪਣੇ ਪੰਘੂੜੇ 'ਚ ਸੌਂ ਗਿਆ ਅਤੇ ਹੁਣ ਥੋੜ੍ਹੀਆਂ ਪੈ ਗਈਆਂ ਸ਼ਾਮਾਂ ਦੇ ਹੁਣ ਸੁੱਖ ਚਣਿਆਂ ਦੀ ਸਬਜ਼ੀ ਨਾਲ ਵਧੀਆ ਜੀ ਰੋਟੀ ਹੁਣ ਮੈਂ ਖਾਣੀ ਹੂੰ ਅੱਜ ਹਾਏ ਬਹੁਤ ਦਿਨਾਂ ਬਾਅਦ ਚਣੇ ਖਾਣ ਲੱਗੇ ਹੈ ਨਾ ਆਪਾਂ ਅਤੇ ਸਮੈਲ ਐਂ ਡਈ ਜਿੱਦਾਂ ਢਾਬੇ 'ਤੇ ਬੈਠੇ ਹੁੰਦੇ ਹਾਂ ਲਿਆਓ ਤੜਕੇ ਛੜਕੇ ਲਾਓ ਅੱਜ ਮੰਨ ਦੀ ਗੁਰਨਿਵਾਜ ਨੂੰ ਸਵਾ ਕੇ ਰੋਟੀਆਂ ਲੈ ਉਹ ਭੱਜ ਕੇ ਉਹਨੂੰ ਲੱਗ ਅਸੀਂ ਆ ਚੱਲ ਮੱਛਰ ਲਾਡਣਾ ਮਾੜਾ ਇੱਧਰ ਉੱਧਰ ਕਰ ਦਿੰਦੇ ਤੇ ਉਹ ਨਾਲ ਹੀ ਉੱਠ ਪਿਆ ਸੀ ਤੇ ਹੁਣ ਰੋਟੀ ਲੰਬੀ ਤੇ ਉੱਠ ਵੀ ਪਿਆ ਮਾਂ ਦਾ ਖਹਿੜਾ ਨਹੀਂ ਛੱਡਦਾ ਇਹ ਗੱਡੀ ਲੱਗੀ ਉੱਥੇ ਜਿਹੜਾ ਕੋਈ ਹਿਸਾਬ ਨਹੀਂ ਜਹਾਜ ਵਾਲਾ ਖੁੱਲ੍ਹਾ ਸੀ ਉਹ ਰੈਸਟੋਰੈਂਟ ਜਿਹਾ ਬਹੁਤ ਸੋਹਣਾ ਪਹਿਲਾਂ ਹੀ ਗੁਰਨਵਾਜ ਦਾ ਫੰਕਸ਼ਨ ਕਰਨਾ ਉਸ ਤੋਂ ਬਾਅਦ ਹੀ ਘੁੰਮਣਾ ਮੈਂ ਅਸੀਂ ਦੋ ਤਿੰਨ ਜਗ੍ਹਾ ਤੇ ਇੱਥੇ ਇਹਨੂੰ ਗੁਰਨਵਾਜ ਨੂੰ ਮੱਥਾ ਟਿਕਾ ਕੇ ਲਿਆਉਣਾ ਸੀ ਸੁੱਖਣਾ ਰਹਿ ਗਿਆ ਪਰ ਉਹ ਦੀਦੀ ਹੋਣਾਂ ਕਰਕੇ ਮੈਂ ਸੋਚਿਆ ਕਿ ਇਹਨਾਂ ਨੂੰ ਵੀ ਲੈ ਜਾਵਾਂਗੇ ਸੁੱਖ ਦੀਦੀ ਉਹਨਾਂ ਨੂੰ ਅਤੇ ਉਹ ਫਿਰ ਹੁਣ ਭਾਅ ਜੀ ਆਉਣਗੇ ਉਸ ਤੋਂ ਬਾਅਦ ਹੀ ਕਰਨੀਆਂ ਅਤੇ ਉਹ ਵੀ ਸੁੱਖਣਾ ਲਾ ਦੇਣਗੇ ਜਿੰਨੀਆਂ ਮੈਨੂੰ ਯਾਦ ਹੈ ਉਹਨੇ ਕੋਈ ਨਹੀਂ ਬਸ ਚੇਤੇ ਰੱਖਣੀ ਚਾਹੀਦੀ ਬੰਦੇ ਨੂੰ ਲਾ ਦੇਣਗੇ ਮੈਂ ਖੰਡਪੜ ਸਾਹਿਬ ਸਿੱਖਿਆ ਸੀ ਉਹ ਹੀ ਇਹਦੀ ਸੁੱਖਣਾ ਲਾਉਣੀ ਮੈਂ ਪਰਮੋਤ ਦੀ ਅਤੇ ਭਾਅ ਜੀ ਜੀ ਫਲੈਟ ਦਾ ਬਹੁਤ ਕੰਮ ਔਖਾ ਆ ਅਤੇ ਅੱਗੇ ਉਹਨਾਂ ਵੈਸੇ ਚਾਰ ਦਿਨ ਬਾਅਦ ਆਉਣਾ ਹੁਣ ਪੰਜ ਦਿਨ ਬਾਅਦ ਅਤੇ ਪੰਜ ਛੁੱਟੀਆਂ ਇਹਨਾਂ ਦੀਆਂ ਖਰਾਬ ਹੋਈਆਂ ਪੰਜ ਪੇਰੀਆਂ ਹੈਗੀਆਂ ਵਿੱਚ ਫਸਦੇ ਗਏ ਹੁਣ ਉਹਨਾਂ ਬਿਲਕੁਲ ਉੱਦਣ ਹੀ ਆਉਣਾ ਜਿੱਦਣ ਮਤਲਬ ਲਾਗੇ ਪ੍ਰੋਗਰਾਮ ਉੱਦਣ ਹੀ ਆਉਣਾ ਅਤੇ ਔਖਾ ਹੋ ਜਾਂਦਾ ਉਹਨਾਂ ਵਾਸਤੇ ਵੀ ਉਹਨਾਂ ਘੜੀ ਚਾਰ ਦਿਨ ਮੇਰੇ ਨਾਲ ਘੁੰਮਣਾ ਫਿਰਨਾ ਅਸੀਂ ਰੋਟੀਆਂ ਲਾਵਾਂਗੇ ਗੁਰਬਨ ਨੂੰ ਸੌਂਦਾ ਨੀ ਹੈ
ਹਾਂਜੀ ਤੇ ਹੁਣ ਦੋ ਕੁ ਦਿਨ ਹੋ ਗਏ, ਕਾਫੀ ਗਰਮੀ ਜੀ ਲੱਗਣ ਡੀ ਤੇ ਐਂ ਲੱਗਣਾ ਇਹਦਾ ਮੌਸਮ ਗਰਮ ਆ ਗਿਆ ਤੇ ਮੈਂ ਕੱਪੜੇ ਘਟਾ ਤੇ ਸੀ ਤੇ ਉਹਦੀ ਵਜ੍ਹਾ ਨਾਲ ਮੈਨੂੰ ਠੰਡ ਵੱਜ ਗਈ ਆ ਤੇ ਹੁਣ ਮੈਂ ਲੋਹੀ ਦੀ ਬੁੱਕਲ ਮਾਰ ਲਈ ਅੱਜ ਠੰਡ ਤੋਂ ਬਚਣ ਕਰਕੇ ਤੇ ਹੁਣ ਅਸੀਂ ਡਿੱਗ ਪੈਂਦਾ, ਲੋਕੀ ਲੋਕੀ ਉਹਨੂੰ ਚੁੱਕਣ ਆਉਂਦੇ ਤੇ ਕਹਿੰਦਾ ਮੈਂ ਤੇ ਉਤਰਦਾ ਹੀ ਨਾ ਅਸੀਂ ਤੁਰੇ ਹਾਂ ਤੇ ਨਾਲ ਸਾਡੇ ਇਹ ਵੀ ਵੇਟ ਘਟਾਉਣਾ ਸ਼ੁਰੂ ਕਰਤਾ ਨਾ, ਅਸੀਂ ਤੇ ਆਪਣਾ ਚੱਲ ਭਾਰ ਘਟਾਉਣ ਕਰਕੇ ਸੈਰ ਕਰਦੇ, ਅਸੀਂ ਤੇ ਫਿਟਨੈਸ ਫਰੀਕ ਹੈ ਤੇਰਾ ਪ੍ਰਾਹੁਣਾ ਤੇਰੇ ਨਾਲ ਦਾ, ਜਦੋਂ ਸਾਡੀ ਕੋਈ ਗੱਲ ਹੁੰਦੀ ਤੇ ਇਹ ਹਮੇਸ਼ਾ ਹੱਸਦਾ ਈ, ਇਹਨੂੰ ਕਵਰ ਫੜਕਾ ਦੇ ਅੱਜ ਆਂਦੀ ਗੋਲਾ ਨੂੰ ਵੀਰ ਵੀਰ ਆਂਦੀ ਮੇਰੇ ਨਾਲ ਜਿੰਨਾ ਲੜਦੀ ਜਿੰਨੀਆਂ ਗਾਲਾਂ ਕੱਢਦੀ ਉਨੀ ਕੋਈ ਨੀ ਕੱਢਦਾ, ਪਰ ਮੇਰੀ ਭੈਣ ਮੈਨੂੰ ਮਿਸ ਕਰਦੀ ਇਹ ਭੈਣ ਮੈਨੂੰ ਹਮੇਸ਼ਾ ਆਂਦੀ ਜਦੋਂ ਤੂੰ ਘਰ ਨੀ ਹੁੰਦਾ ਮੇਰਾ ਜੀਣ ਲੱਗਦਾ ਗਾੜੀ ਹੈ ਹੀ ਰੇ ਵਰਗੇ, ਤੁਹਾਨੂੰ ਆਪ ਹੀ ਛੱਡਣਾ ਪਿਆ, ਸੋਨਾ ਛੱਡਣਾ ਪਿਆ ਤੁਹਾਨੂੰ ਹੀਰੇ ਵੇਖ ਕੇ ਤੇ ਹੁਣ ਸੈਰ ਕਰਦੇ ਕਰਦੇ ਕਾਫੀ ਦੂਰ ਆ ਚੁੱਕੇ ਤੇ ਸਾਡੀ ਮੇਰੇ ਹਿਸਾਬ ਨਾਲ 200 ਕੈਲਰੀ ਬਰਨ ਹੋ ਚੁੱਕੀ, ਠੰਡ ਅੱਜ ਹੈ ਬੜੀ ਜੇ ਕਬੜੀ ਆਈ ਜਾਂਦੀ ਆ।